ਜਿਹੜਾ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਲੇਕਿਨ ਬੰਦੀ ਸਿੰਘਾਂ ਨੂੰ ਇੱਕ ਵਾਰੀ ਵੀ ਨਹੀਂ ਹੋਈ ਕਿ ਗੁਲਾਮੀ ਦੀ ਨਿਸ਼ਾਨੀ ਹੈ ਦੇਖੋ ਰਾਮ ਰਹੀਮ ਉਹਨਾਂ ਦਾ ਬੰਦਾ ਹੈ ਹਕੂਮਤ ਦਾ ਰਾਮ ਰਹੀਮ ਨੂੰ ਪਰੋਲ ਵੀ ਦਿੱਤੀ ਜਾਊਗੀ ਉਹਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਸਾਡੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਤੰਗ ਵੀ ਕੀਤਾ ਜਾਊ ਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਛੱਡਿਆ ਨਾ ਜਾਊਗਾ ਹੁਣ ਹਰ ਪੰਜਾਬੀ ਤਿਆਰ ਹੈ ਆਜ਼ਾਦੀ ਲਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਰੇ ਤਿਆਰ ਇਹ ਦੇਖੋ ਜਿਹੜਾ ਸਤਸੰਗ ਚੱਲ ਰਿਹਾ ਨੇ ਰਾਮ ਰਹੀਮ ਦੇ ਜਾਂ ਕਿਤੇ ਵੀ ਸਾਡੀ ਨਾ ਇੱਕ ਤੇ ਉੱਤੇ ਮੂੰਹ ਦਾਣ ਵਾਲੀ ਗੱਲ ਹੁੰਦੀ ਹੈ ਵੀ ਜਦੋਂ ਸਾਡੇ ਨਾਲ ਜ਼ੁਲਮ ਕਰਨ ਵਾਲੇ ਬੰਦਿਆਂ ਨੂੰ ਸਾਡੇ ਤੇ ਫਿਰ ਥੋਪਿਆ ਜਾਂਦਾ ਬਾਰ ਬਾਰ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਅਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਿਲ ਹੋਵੇ ਇਹਦੇ ਨਾਲ ਹਾਲਾਤ ਖਰਾਬ ਹੁੰਦੇ ਜਦੋਂ ਚੰਗਚਾਲੀ ਕਾਂਡ ਵਾਪਰਿਆ ਉਹ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਨਿਰੰਕਾਰੀ ਦਾ ਵਿਰੋਧ ਕੀਤਾ ਸ਼ਾਂਤਮਈ ਤਰੀਕੇ ਨਾਲ ਹੁਣ ਵੀ ਜਦੋਂ ਸਿੱਖਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਕੱਲ੍ਹ ਨੂੰ ਉੱਥੇ ਕੋਈ ਨੁਕਸਾਨ ਹੋ ਜਾਵੇ ਔਰ ਇਹ ਤੋਂ ਬਾਅਦ ਮਾਹੌਲ ਖਰਾਬ ਹੋਵੇ ਤਾਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੇ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਤਾਂ ਉਹਦੀ ਦੋਸ਼ੀ ਸਰਕਾਰ ਹੈ ਸਿੱਖ ਜਿਹੜਾ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਲੇਕਿਨ ਬੰਦੀ ਸਿੰਘਾਂ ਨੂੰ ਇੱਕ ਵਾਰੀ ਵੀ ਨਹੀਂ ਹੋਈ ਕਿ ਗੁਲਾਮੀ ਦੀ ਨਿਸ਼ਾਨੀ ਹੈ ਦੇਖੋ ਰਾਮ ਰਹੀਮ ਉਹਨਾਂ ਦਾ ਬੰਦਾ ਹੈ ਹਕੂਮਤ ਦਾ ਰਾਮ ਰਹੀਮ ਨੂੰ ਪਰੋਲ ਵੀ ਦਿੱਤੀ ਜਾਊਗੀ ਉਹਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਸਾਡੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਤੰਗ ਵੀ ਕੀਤਾ ਜਾਊ ਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਛੱਡਿਆ ਨਾ ਜਾਊਗਾ ਹਰ ਪੰਜਾਬੀ ਤਿਆਰ ਹੈ ਆਜ਼ਾਦੀ ਲਈ ਜਿਹੜੀ ਤੁਸੀਂ ਗੱਲ ਕਰ ਸਾਰੇ ਤਿਆਰ ਇਹ ਦੇਖੋ ਜਿਹੜਾ ਸਤਸੰਗ ਚੱਲ ਰਿਹਾ ਨੇ ਰਾਮ ਰਹੀਮ ਦੇ ਜਾਂ ਕਿਤੇ ਵੀ ਸਾਡੀ ਨਾ ਇੱਕ ਤੇ ਉੱਤੇ ਮੂੰਹ ਦਾਣ ਵਾਲੀ ਗੱਲ ਹੁੰਦੀ ਹੈ ਵੀ ਜਦੋਂ ਸਾਡੇ ਨਾਲ ਜ਼ੁਲਮ ਕਰਨ ਵਾਲੇ ਬੰਦਿਆਂ ਨੂੰ ਸਾਡੇ ਤੇ ਫਿਰ ਥੋਪਿਆ ਜਾਂਦਾ ਬਾਰ ਬਾਰ ਇਹਦੇ ਨਾਲ ਹਾਲਾਤ ਖਰਾਬ ਹੁੰਦੇ ਜਦੋਂ ਚੰਗਚਾਲੀ ਕਾਂਡ ਵਾਪਰਿਆ ਉਹ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਨਿਰੰਕਾਰੀ ਦਾ ਵਿਰੋਧ ਕੀਤਾ ਸ਼ਾਂਤਮਈ ਤਰੀਕੇ ਨਾਲ ਹੁਣ ਵੀ ਜਦੋਂ ਸਿੱਖਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਕੱਲ੍ਹ ਨੂੰ ਉੱਥੇ ਕੋਈ ਨੁਕਸਾਨ ਹੋ ਜਾਵੇ ਔਰ ਇਹ ਤੋਂ ਬਾਅਦ ਮਾਹੌਲ ਖਰਾਬ ਹੋਵੇ ਤਾਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੇ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਤੇ ਉਹਦੀ ਦੋਸ਼ੀ ਸਰਕਾਰ ਹੈ ਸਿੱਖ ਨੂੰ ਜਿਹੜਾ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਲੇਕਿਨ ਬੰਦੀ ਸਿੰਘਾਂ ਨੂੰ ਇੱਕ ਵਾਰੀ ਵੀ ਨਹੀਂ ਹੋਈ ਕਿ ਗੁਲਾਮੀ ਦੀ ਨਿਸ਼ਾਨੀ ਹੈ ਦੇਖੋ ਰਾਮ ਰਹੀਮ ਉਹਨਾਂ ਦਾ ਬੰਦਾ ਹੈ ਹਕੂਮਤ ਦਾ ਰਾਮ ਰਹੀਮ ਨੂੰ ਪਰੋਲ ਵੀ ਦਿੱਤੀ ਜਾਊਗੀ ਉਹਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਸਾਡੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਤੰਗ ਵੀ ਕੀਤਾ ਜਾਊ ਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਛੱਡਿਆ ਨਾ ਜਾਊਗਾ ਹਰ ਪੰਜਾਬੀ ਤਿਆਰ ਹੈ ਆਜ਼ਾਦੀ ਲਈ ਜਿਹੜੀ ਤੁਸੀਂ ਗੱਲ ਕਰ ਸਾਰੇ ਤਿਆਰ ਇਹ ਦੇਖੋ ਜਿਹੜਾ ਸਤਸੰਗ ਚੱਲ ਰਿਹਾ ਨੇ ਰਾਮ ਰਹੀਮ ਦੇ ਜਾਂ ਕਿਤੇ ਵੀ ਸਾਡੀ ਨਾ ਇੱਕ ਤੇ ਉੱਤੇ ਮੂੰਹ ਦਾਣ ਵਾਲੀ ਗੱਲ ਹੁੰਦੀ ਹੈ ਵੀ ਜਦੋਂ ਸਾਡੇ ਨਾਲ ਜ਼ੁਲਮ ਕਰਨ ਵਾਲੇ ਬੰਦਿਆਂ ਨੂੰ ਸਾਡੇ ਤੇ ਫਿਰ ਥੋਪਿਆ ਜਾਂਦਾ ਬਾਰ ਬਾਰ ਇਹਦੇ ਨਾਲ ਹਾਲਾਤ ਖਰਾਬ ਹੁੰਦੇ ਜਦੋਂ ਚੰਗਚਾਲੀ ਕਾਂਡ ਵਾਪਰਿਆ ਉਹ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਨਿਰੰਕਾਰੀ ਦਾ ਵਿਰੋਧ ਕੀਤਾ ਸ਼ਾਂਤਮਈ ਤਰੀਕੇ ਨਾਲ ਹੁਣ ਵੀ ਜਦੋਂ ਸਿੱਖਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਕੱਲ੍ਹ ਨੂੰ ਉੱਥੇ ਕੋਈ ਨੁਕਸਾਨ ਹੋ ਜਾਵੇ ਔਰ ਇਹ ਤੋਂ ਬਾਅਦ ਮਾਹੌਲ ਖਰਾਬ ਹੋਵੇ ਤਾਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੇ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਤਾਂ ਉਹਦੀ ਦੋਸ਼ੀ ਸਰਕਾਰ ਹੈ ਸਿੱਖ